ਬੈਨੀਫਿਟ ਆਫ ਡਾਊਟ ਸਾਨੂੰ ਮਿਲਦਾ ਵਾ, ਰੂਲਿੰਗ ਹੈਗੀ ਤੇ ਦਿਓ ਚੋਣ ਲੜਨ ਦੀ ਉਹ ਇਹੋ ਹੀ ਹੈ ਨਾ ਕਿ ਜਿਹੜਾ ਉਹ ਉੱਥੋਂ ਦਾ ਵੋਟਰ ਸੂਚੀ ਉਹਦਾ ਨਾਂ ਹੋਣਾ ਚਾਹੀਦਾ, ਇਹੋ ਹੀ ਹੈ ਨਾ ਤੇ ਆ ਵੋਟਰ ਸੂਚੀ ਦੇ ਵਿੱਚ ਉਹਦਾ ਨਾਂ ਹੈ। ਬਟ ਦੇਖੋ ਤੁਸੀਂ ਮੈਨੂੰ ਰਾਈਟਿੰਗ ਚ ਦੇ ਦੋ, ਇਹਦੇ ਉੱਤੇ ਤੁਸੀਂ ਨੋਟਿੰਗ ਆਪਣੀ ਲਿਖ ਦੋ, ਤੁਸੀਂ ਆਪਣੀ ਇਹਦੇ ਉੱਪਰ ਨੋਟਿੰਗ ਲਿਖ ਦੋ ਕਿ ਆਹ ਕਾਰਨ ਕਰਕੇ ਮੈਂ ਇਹ ਫਾਈਲ ਅਸੈਪਟ ਨਹੀਂ ਕਰ ਰਿਹਾ। ਰਿਜੈਕਸ਼ਨ ਆਰਡਰ ਤੇ ਕੋਈ ਕਰੋਗੇ ਨਾ, ਰਿਜੈਕਸ਼ਨ ਆਰਡਰ ਤੇ ਕਰੋਗੇ ਨਾ, ਵੇਖੋ ਇਹ ਇੱਕ ਵੱਖਰਾ ਫੈਮਿਲੀ ਯੂਨਿਟ ਆ, ਉਹ ਇੱਕ ਵੱਖਰਾ ਇਸ਼ੂ ਸੀਗਾ, ਠੀਕ ਆ, ਉਹ ਵੈਸੇ ਉਹਨਾਂ ਦੇ ਨਾਲ ਉਹਦੀ ਤੇ ਸ਼ੁਰੂ ਤੋਂ ਹੀ ਨੀ ਉਹਦੇ ਨਾਲ ਬਣਦੀ। ਨਾ 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 ਇਹ ਗੱਲ ਇਸ ਗੱਲ ਨੂੰ ਆਪਾਂ ਰੌਲੇ ਚ ਨਾ ਲਈਏ, ਧਿਰਨਾ ਬਣੀਏ, ਕੋਈ ਫਾਇਦਾ ਨੀ। ਤੁਹਾਡਾ ਪੱਟੀ ਸਾਹਿਬ ਇੱਕ ਮਿੰਟ ਮੇਰੀ ਗੱਲ ਰਿਕੁਐਸਟ ਸੁਣੋ ਮੇਰੀ ਗੱਲ, ਅਸੀਂ ਬੜੇ ਵਧੀਆ ਤਰੀਕੇ ਨਾਲ ਜਿਹੜੇ ਖੱਪ ਪੈਣ ਦੀ ਜਨਾਲੇ ਵਾਲੀ ਕੇਜੀ ਤੁਹਾਡੇ ਕੋਲ ਆ ਗਈ, ਸਿਰਫ ਪੱਟੀ ਸਾਹਿਬ ਸਾਰਾ ਹਲਕਾ ਰੌਲਾ ਪਾਉਂਦੇ ਸਾਡੇ ਕਿਹਾ ਸਾਹਿਬ ਚੋਣ ਦੇ ਕਾਗਜ਼ ਭਰਨ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ? ਜੇ ਉਹ ਚੁੱਲ੍ਹਾ ਟੈਕਸ ਕਹਿੰਦੇ ਆ, ਜੇ ਉਹ ਦੂਜੀ ਐਨਓਸੀ ਦੀ ਕਹਿੰਦੇ ਆ, ਜੇ ਉਹ ਤੁਹਾਡੇ ਕੋਲ ਵੋਟਰ ਸੂਚੀ ਮੰਗਦੇ, ਤੁਸੀਂ ਕਿਉਂ ਨੀ ਪ੍ਰੋਵਾਈਡ ਕਰਦੇ? ਵੱਧ ਬੰਦੇ ਆ ਜਿਹੜੇ ਆਏ ਤਿੰਨ ਦਿਨਾਂ ਤੋਂ ਬੰਦਾ ਤਿੰਨ ਦਿਨਾਂ ਤੋਂ ਸੱਤ ਦਿਨ ਦਾ ਟਾਈਮ ਦੇ ਤਾਂ ਸੱਤਾਂ ਦਿਨਾਂ ਤੁਸੀਂ ਸ਼੍ਰੀਮਾਨ ਜੀ ਕਲੀਅਰ ਹੋ ਗਿਆ ਤੁਹਾਨੂੰ ਕਿ 23 ਦੇ ਮੁਤਾਬਕ ਵੋਟਰ ਸੂਚੀ ਮੁਤਾਬਕ ਆਪਣੇ ਕਾਗਜ਼ ਭਰੋ,
ਤੁਸੀਂ ਕਾਗਜ਼ਾਂ ਨੂੰ ਤੋੜ ਕੇ ਆਬਜੈਕਸ਼ਨ ਲਾ ਕੇ ਰੱਦ ਨਹੀਂ ਕਰਨੇ ਵੀ ਇਹ ਤੇ 24 ਦੇ ਮੁਤਾਬਕ ਨਹੀਂ ਨਹੀਂ ਸਰਕਾਰ ਉਹਨਾਂ ਸਾਹਮਣੇ ਦੀ ਤੇ ਇੱਕ ਬੇਨਤੀ ਹੋਰ ਸਾਡੀਆਂ 50 ਵੋਟਾਂ ਜਿਹੜੀਆਂ ਕੱਟ ਕੇ ਦੂਜੇ ਪਾਈਆਂ ਉਹ ਤੁਹਾਨੂੰ ਉੱਥੋਂ ਉਹ ਸਰਦਾਰ ਜੀ ਮੇਰੀ ਗੱਲ ਸੀ ਉਹ ਮੇਰੇ ਵੇਲੇ ਨਾ ਵੋਟਰ ਦਿੱਤੀ ਬਣੀਆ ਨਾ ਵਾਰਡ ਬੰਦੀ ਹੋਈ ਹੈ ਮੇਰੇ ਸਮੇਂ ਤੋਂ ਪਹਿਲਾਂ ਦਾ ਹੈ ਸਰਦਾਰ ਸਾਹਿਬ ਕਰਦੇ ਸੀ ਐਸਡੀਐਮ ਸਾਹਿਬ ਨੂੰ ਦਿੱਤੀ ਹੈ ਤੁਹਾਨੂੰ ਆਈ ਵੋਟਾਂ ਕੱਟਦੀਆਂ ਹਾਂ ਵੋਟਾਂ ਕੱਟਦੀਆਂ ਵੋਟਾਂ ਪਿੰਡ ਚ ਪਾ ਕੇ ਮੇਰੀ ਪਿਆ ਦੀਆਂ 50 ਵੋਟਾਂ ਲੈ ਲਈਆਂ ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ ਤੁਸੀਂ ਜਾਈ ਨਹੀਂ ਹਲਕੇ ਬਿਆਨ ਲਓ ਅਕਸਰ ਜਿਹੜਾ ਪੇਪਰ ਦਿੰਦੇ ਉਹਨੂੰ ਵੈਰੀਫਾਈ ਕਰਨ ਲਈ ਟਾਈਮ ਤੇ ਦੇ ਮੈਨੂੰ ਕੱਲ ਦੇ ਕੇ ਗਏ ਤੇ ਜਿਸ ਨੂੰ ਮੈਂ ਹੋਣਾ ਜੇ ਤੁਹਾਡੇ ਸਾਹਮਣੇ ਤੁਰਿਆ ਹੁੰਦਾ ਉਹਨੂੰ ਵੈਰੀਫਾਈ ਕਰਨ ਲਈ 2-3 ਘੰਟੇ ਟਾਈਮ ਚਾਹੀਦਾ ਤੇ ਉਸ ਤੋਂ ਬਾਅਦ ਦਿਨ ਤੇ ਦਿਹਾੜੀ ਤੇ ਮਤਲਬ 2 ਰਹਿ ਗਏ ਆ ਤੇ ਫਿਰ ਉਹ ਦੱਸੋ ਉਹਨੂੰ ਵੈਰੀਫਾਈ ਕਰਨਾ ਕਿੰਨਾ ਟਾਈਮ ਲਵਾਂਗਾ ਕਿੰਨਾ ਸਮਾਂ ਲਵਾਂਗਾ ਕੱਲ ਸ਼ਾਮ ਨੂੰ ਜੇ ਦੇਖੋ ਸਾਹਮਣੇ ਪੁੱਛੋ ਤੇ ਮਾਰ ਸਾਰਾ ਦਿਨ ਹੀ ਕੀਤੇ ਤੇ ਅੱਜ ਲੈ ਪੂਰੀ ਦੇ ਦੀ ਆਪਾਂ ਹਾਂ ਦੇ ਦੇ ਪੂਰੀ ਦੇ ਦੀ ਮੈਂ ਤਾਂ ਨਾ ਹੀ ਕੀਤੀ ਤੁਹਾਡੇ ਸਾਹਮਣੇ ਆ ਜਿਹੜਾ ਟੈਕਸ ਉਹਨੇ ਤਾਂ ਮੀਤ ਕੀ ਦਿੱਤਾ ਚਿੱਠੀ ਪੱਤਰ ਦਵੇ ਵੀ ਮੇਰੇ ਕੋਲ ਲੈ ਜਾ ਅਮਰੀਕਾ ਆਇਆ ਇੱਥੇ ਉਹਨੂੰ ਮੈਂ ਚਿੱਠੀ ਵੀ ਕੱਢੀ ਆ ਉਹਨੇ ਆ ਕੇ ਦੱਸਿਆ ਕਿਹਨੂੰ ਚਿੱਠੀ ਕੱਢੀ ਉਹਨੂੰ ਕਾਰਡ ਲਈ ਉਹਦੀਆਂ ਜੂਸੀਆਂ ਪੈਣ ਨਹੀਂ ਨਹੀਂ ਤੁਸੀਂ ਚਿੱਠੀ ਗੁਰਤਸੀ ਨੂੰ ਕੱਢੀ ਆਪਣੇ ਮਹਿਕਮੇ ਦੇ ਮੁਲਾਜ਼ਮ ਨੂੰ ਕੱਢੀ ਤੁਸੀਂ ਵੀ ਰਿਕਾਰਡ ਸਰਪੰਚ ਦਾ ਤੇਰੇ ਕੋਲ ਪਿਆ ਜਮ੍ਹਾਂ ਕਰਾ ਤੁਸੀਂ ਕਿਹਦੀ ਚਿੱਠੀ ਕਿਹਨੂੰ ਕੱਢੀ ਉਹਨੂੰ ਵੀ ਨਾਲ ਸੈਸ਼ਨ ਗੁਰਤਸੀ ਨੂੰ ਕੱਢੀ ਚਿੱਠੀ ਤੁਸੀਂ ਤੇ ਫਿਰ ਉਹ ਗੁਰਮੁਖੀ ਨੇ ਕਿਉਂ ਨਹੀਂ ਉਪਲਬਧ ਤੁਹਾਨੂੰ ਕੀਤਾ ਜੋ ਤੁਹਾਡੇ ਡਿਪਾਰਟਮੈਂਟ ਦਾ ਸੈਕਟਰੀ ਆ ਉਹਦਾ ਬਰਤਬਾਨਾ ਤੁਹਾਨੂੰ ਸਾਨੂੰ ਦੱਸਿਆ ਵੀ ਰਿਕਾਰਡ ਇਹਦੇ ਕੋਲ ਹੀ ਹੈ ਹਾਂ ਇਹ ਸਰਪੰਚ ਦੇ ਕੋਲ ਦਿੰਦਾ ਨਹੀਂ ਆਪਾਂ ਨਹੀਂ ਸਰਪੰਚ ਕੋਲ ਰਿਕਾਰਡ ਹੀ ਨਹੀਂ ਕਰਦਾ ਸਰਪੰਚ ਤੇ ਮਹਿਕਮੇ ਨੂੰ ਜਮ੍ਹਾਂ ਕਰਾ ਚੁੱਕਾ ਨਹੀਂ ਸਰਪੰਚ ਦੀ ਐਕਟ ਮੁਤਾਬਕ ਸਰਪੰਚ ਸਾਹਿਬ ਕਿੱਥੇ ਹੋ ਆ ਪੰਚਾਇਤ ਅਫਸਰ ਦਰਸ਼ਨ ਰਹਿ ਗਏ ਕਿੱਥੇ ਸਾਰਾ ਸਾਡੇ ਫਾਰਮੀ ਲਗਾਇਓ ਮੜੇ ਇੱਕ ਮਿੰਟ ਆਵੇ ਸਰ ਦੇ ਵਿੱਚ ਮੈਂ ਫੋਟੋ ਖਿੱਚ ਕੇ ਨਾਲ ਲੈ ਕੇ ਡੀ ਸਾਹਿਬ ਨੂੰ ਕਰ ਗਿਆ ਮੇਰੇ ਬੰਦੇ ਆ ਮੈਂ ਤਾਂ ਜਿਹੜੇ ਫੋਟੋ ਤੁਸੀਂ ਸ਼੍ਰੀਮਾਨ ਜੀ ਜ਼ਿੰਮੇਵਾਰ ਕੁਰਸੀ ਤੇ ਬੈਠੇ ਹੋ ਸਰਕਾਰਾਂ ਆਉਂਦੀਆਂ ਸਰਕਾਰਾਂ ਅਸੀਂ ਵੀ ਸਰਕਾਰ ਦਾ ਹਿੱਸਾ ਰਹੇ ਅਸੀਂ ਸਰਕਾਰ ਦੇ ਵਿੱਚ ਇਲੈਕਸ਼ਨ ਜਿਹੜੀ ਆ ਕਰਾਈ ਹੈ ਮਤਲਬ ਕੋਈ ਨਹੀਂ ਆ ਇਸ ਦਫ਼ਤਰ ਦੇ ਵਿੱਚੋਂ ਕਿਸੇ ਕਿਸਮ ਦਾ ਗਲਤ ਕੰਮ ਹੀ ਪ੍ਰਯੋਗ ਆਪਣੇ ਟਾਈਮ ਤੇ ਕਰਾਇਆ ਵੀ ਕਿਤੇ ਕਾਗਜ਼ ਨਾ ਦਿਓ ਕਿਹਨੂੰ ਫਲਾਣਾ ਦਿਓ ਸਭ ਕੁਝ ਉਹ ਤੁਸੀਂ ਕਿਸ ਚੀਜ਼ ਤੇ ਬੈਠੇ ਹੋ ਕੁਰਸੀ ਤੇ ਬੈਠੇ ਹੋ ਇਲੈਕਸ਼ਨ ਤੇ ਫ੍ਰੀ ਫੇਅਰ ਕੰਡਕਸ਼ਨ ਤੇ ਕਰਾ ਲਓ ਬਿਲਕੁਲ ਜੇ ਇਹਨਾਂ ਦਾ ਲੋਕ ਰਾਜ ਚ ਲੜਨ ਦਾ ਹੱਕ ਹੈ ਤੁਸੀਂ ਕਾਗਜ਼ ਟਾਈਮਲੀ ਪ੍ਰੋਵਾਈਡ ਕਰੋ ਉਹਨਾਂ ਨੂੰ ਕਿਉਂ ਆਪਾਂ ਕਹਿੰਦੇ ਵੀ ਉਹ 3 ਦਿਨ ਹੋ ਗਏ ਚੁੱਲ੍ਹਾ ਟੈਕਸ ਕਿਉਂ ਆਪਾਂ ਕਹਿੰਦੇ ਵੀ ਰਸੀਦ ਨਹੀਂ ਕਰੀ ਫਿਰ ਬੁਲਾਓ ਤੁਸੀਂ ਜੇ ਕੱਲ੍ਹ ਨੂੰ ਤੁਹਾਨੂੰ ਸਬਮਿਟ ਕੀਤੇ ਆ ਸਾਰਾ ਦਿਨ ਬੀਤਣ ਤੇ ਆ ਕੇ ਦਿਓ ਰਸੀਦ ਤੇ ਤੋਰੋ ਉਹਨਾਂ ਨੂੰ ਉਹ ਆਪਣਾ ਜਾ ਕੇ ਵੋਟਾਂ ਵੀ ਕਹਿਣ ਨੂੰ ਆਪਣਾ ਕੰਮ ਕਰਨ ਪਿੰਡ ਦੇ ਵਿੱਚ
ਦੇਖੋ ਅੱਜ ਬਲਾਕ ਜੰਡਿਆਲਾ ਗੁਰੂ ਬਲਾਕ ਹੀ ਨਹੀਂ ਜੰਡਿਆਲਾ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਜਿਹੜੀ ਆ ਚੋਣ ਹੋਣ ਜਾ ਰਹੀ ਹੈ ਪੰਚਾਇਤਾਂ ਦੀ। ਸਾਰੇ ਕਾਇਦੇ ਕਾਨੂੰਨ ਛਿੱਕੇ 'ਤੇ ਟਾਂਕੇ ਅਤੇ ਆਮ ਆਦਮੀ ਪਾਰਟੀ ਵੱਲੋਂ ਇਹ ਸਰਕਾਰ ਵੱਲੋਂ ਔਰ ਇੱਥੋਂ ਦੇ ਇਲਾਕੇ ਦੇ ਮੰਤਰੀ ਸਾਹਿਬ ਵੱਲੋਂ ਜਿਹੜਾ ਉਹ ਇਲੈਕਸ਼ਨ ਕਰਵਾਉਣ ਦੀ ਬਜਾਏ ਪੰਚਾਇਤਾਂ ਦੇ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤਰੀਕੇ ਦੇ ਨਾਲ ਥੱਲੇ ਹਦਾਇਤਾਂ ਕੀਤੀਆਂ ਗਈਆਂ ਨੇ ਕਿਸੇ ਪੰਚ ਸਰਪੰਚ ਨੂੰ ਥੱਲੇ ਨਾ ਤਾਂ ਚੁੱਲ੍ਹਾ ਟੈਕਸੀ ਰਸੀਪਟ ਮਿਲੀ ਹੈ, ਇਹ ਗੱਲ ਦੇ ਮਨ 'ਚ ਮੰਨਣ 'ਚ ਆ ਗਈ ਵੀ NOC ਦੀ ਜਗ੍ਹਾ ਤੁਸੀਂ ਆਪਣਾ ਐਫੀਡੇਵਿਟ ਜਿਹੜਾ ਫਾਈਲ ਕਰ ਸਕਦੇ ਹੋ। ਪਰ ਵੋਟਰ ਸੂਚੀਆਂ, ਤੁਹਾਡੇ ਚੁੱਲ੍ਹਾ ਟੈਕਸ, ਤੁਹਾਨੂੰ ਹੋਰ ਜਿਹੜੀਆਂ ਮੁਸ਼ਕਲਾਵਾਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਨੇ, ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਰੋਸ ਫੈਲਿਆ ਪਿਆ ਵੀ ਕੋਈ ਵੀ ਪੰਚਾਇਤ ਸੈਕਟਰੀ ਤੋਂ ਲੈ ਕੇ ਪੰਚਾਇਤ ਅਫਸਰ ਤੋਂ ਲੈ ਕੇ ਆਪਣੀ ਸੀਟ ਦੇ ਉੱਪਰ ਹੀ ਅਵੇਲੇਬਲ ਨਹੀਂ ਹੈ। ਔਰ ਸਰਕਾਰ ਵੱਲੋਂ ਪਿੱਛੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਵੀ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਜਿਹੜੇ ਜ਼ਰੂਰੀ ਕਾਗਜ਼ਾਤ ਮੁਕੰਮਲ ਕਰਨ ਵਾਸਤੇ ਲੋੜ ਹੈ ਉਹਨਾਂ ਨੂੰ ਦੇਣਾ ਹੀ ਨਹੀਂ ਆ, ਉਹਨਾਂ ਦਾ ਜਿਹੜਾ ਅੱਜ ਹੱਕ ਹੈ ਚੋਣ ਲੜਨ ਦਾ ਉਹ ਖੋਇਆ ਜਾ ਰਿਹਾ। ਸੋ ਅੱਜ ਇੱਥੇ ਮੈਂ ਆਪ ਚੱਲ ਕੇ ਆਇਆ ਸੀਗਾ, ਸਾਡਾ ਸਾਰਾ ਇਲਾਕਾ ਇਕੱਤਰ ਹੋ ਕੇ ਆਇਆ ਸੀਗਾ ਔਰ ਲੋਕ ਸਾਰੇ ਭਰੇ ਪੀਤੇ ਪਏ ਨੇ। ਜਿਸ ਤਰੀਕੇ ਦਾ ਮਾੜਾ ਵਰਤਾਓ ਇੱਥੇ ਇਲਾਕੇ ਦੇ ਚੁਣੇ ਹੋਏ ਪੁਰਾਣੇ ਪੰਚਾਂ ਸਰਪੰਚਾਂ ਨਾਲ ਕੀਤਾ ਜਾ ਰਿਹਾ ਉਹ ਅਤੀ ਨਿੰਦਣ ਦੇ ਯੋਗ ਹੈ। ਔਰ ਇੱਥੇ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਕਿ ਲੋਕ ਰਾਜ ਦੇ ਵਿੱਚ ਜਿਹੜੇ ਲੋਕ ਹੈ ਉਹ ਸਰਵਉੱਚ ਹੈ, ਲੋਕਾਂ ਦੀਆਂ ਵੋਟਾਂ ਦੇ ਨਾਲ ਜਿਹੜੀਆਂ ਪੰਚਾਇਤਾਂ ਬਣਦੀਆਂ ਨੇ। ਚੋਣਾਂ ਲੁੱਟਣ ਦੇ ਨਾਲ ਜਿਹੜਾ ਹੈ ਇਹ ਤੁਸੀਂ ਦਿਲਾਂ ਦੇ ਉੱਪਰ ਰਾਜ ਨਹੀਂ ਕਰ ਸਕਦੇ। ਔਰ ਅਸੀਂ ਇਸ ਗੱਲ ਦੀ ਉਦਾਹਰਣ ਦਿੱਤੀ ਹੈ ਪਿਛਲੇ ਇਸ ਹਲਕਾ ਜੰਡਿਆਲਾ ਗੁਰੂ ਦੇ ਅੰਦਰ ਕਿਸੇ ਵੀ ਵਿਰੋਧੀ ਪਾਰਟੀ ਦਾ ਇੱਕ ਨੋਮੀਨੇਸ਼ਨ ਪੇਪਰ ਜਿਹੜਾ ਸੀਗਾ ਰਿਜੈਕਟ ਨਹੀਂ ਸੀ ਕੀਤਾ, ਇਹ ਉਹੀ ਬਲੋਕ ਹਲਕਾ ਜੰਡਿਆਲਾ ਗੁਰੂ ਹੈ। ਔਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਇਸ ਇਲਾਕੇ ਦੇ ਨੁਮਾਇੰਦਗੀ ਦੀ ਇੱਥੇ ਇੰਨੀ ਕੁ ਹਾਲਤ ਪਤਲੀ ਹੋ ਚੁੱਕੀ ਹੈ ਵੀ ਅੱਜ ਇਹਨਾਂ ਨੂੰ ਜਿਹੜੀ ਹੈ ਲੋਕਾਂ ਦੇ ਵਿੱਚ ਜਾ ਕੇ ਵੋਟ ਮੰਗਣੀ ਵੀ ਔਖੀ ਹੋ ਰਹੀ ਹੈ। ਲੋਕ ਇਹਨਾਂ ਦਾ ਸਾਥ ਨਹੀਂ ਦੇ ਰਹੇ ਅਤੇ ਲੋਕਾਂ ਦੇ ਸਾਥ ਨਾ ਦੇਣ ਦਾ ਕਾਰਨ ਵੋਟਾਂ ਨੂੰ ਲੁੱਟਣ ਦੇ ਚੱਕਰ 'ਚ ਇਹ ਪੂਰੇ ਪ੍ਰੋਸੈਸ ਨੂੰ ਹਾਈਜੈਕ ਕਰਨ ਦੇ ਅੰਦਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਜਿਹੜਾ ਹੈ ਉਸ ਚੱਕਰ ਦੇ ਵਿੱਚ ਫਿਰ ਰਹੀ ਹੈ ਜਿਸ ਦੀ ਲੋਕ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰ ਰਹੇ ਹੈ। ਲੱਗਦਾ ਮੁਲਾਜ਼ਮਾਂ ਦੇ ਉੱਪਰ ਸਰਕਾਰੀ ਦਬਾਅ ਜਿਹੜਾ ਬਣਾਇਆ ਜਾ ਰਿਹਾ। ਮੁਲਾਜ਼ਮ ਤਾਂ ਸਾਰੇ ਸਰਕਾਰ ਦਾ ਜਿਹੜਾ ਉਹ ਹੱਥ ਠੋਕਾ ਪਿੱਠੂ ਬਣ ਕੇ ਨਜ਼ਰ ਰੱਖੇ ਆਏ। ਸਭ ਤੋਂ ਵੱਡੀ ਉਦਾਹਰਨ ਤਾਂ ਇਹ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਕਿ ਸਾਡੇ ਇੱਥੋਂ ਜਿਹੜੇ BDPO ਨੇ ਉਹ ਲੋਕਲ ਇੱਥੋਂ ਦੇ ਬਲਾਕ ਦੇ ਹੋਮ ਟਾਊਨ ਹੈ ਔਰ ਇੱਥੇ ਹੀ ਤੈਨਾਤ ਨੇ। ਔਰ ਅਗਰ ਉਹਨਾਂ ਨੂੰ ਤੈਨਾਤੀ ਕੀਤੀ ਗਈ ਹੈ ਤਾਂ ਉਹਦਾ ਮਕਸਦ ਉਹਦਾ ਜਿਹੜਾ ਉਹਨਾਂ ਦਾ ਮੋਟਿਵ ਹੈ ਉਹ ਸਾਫ਼ ਝਲਕਦਾ ਕਿ ਇਲੈਕਸ਼ਨ ਨੂੰ ਜਿਹੜਾ ਚੋਣ ਨੂੰ ਲੁੱਟਣ ਦੀ ਕੋਸ਼ਿਸ਼ ਦੇ ਫਿਰਾਕ ਦੇ ਵਿੱਚ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਔਰ ਪੰਜਾਬ ਦੇ ਅੰਦਰ ਹੀ ਇਹ ਮਾਹੌਲ ਬਣਦਾ ਪਿਆ ਸਾਰਾ ਕਿ ਲੋਕ ਡਟ ਕੇ ਇਹਨਾਂ ਦਾ ਵਿਰੋਧ ਕਰਨ ਵਾਸਤੇ ਸਾਹਮਣੇ ਤਿਆਰ ਖੜ੍ਹੇ ਬੈਠੇ ਹੈ।